ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਿੰਡ ਥਾਂਦੇ ਵਾਲਾ ਦੇ ਕੁਛ ਵਿਅਕਤੀ ਦਲਿਤ ਸਮਾਜ ਦੇ ਵਿਅਕਤੀ ਨੂੰ ਦਰਖਤ ਦੇ ਨਾਲ ਬੰਨ ਕੇ ਉਸ ਨੂੰ ਚੋਰੀ ਦੀ ਵਾਰਦਾਤ ਕਬੂਲਣ ਦੇ ਲਈ ਉਸ ਨਾਲ ਮਾਰਕੁੱਟ ਕਰ ਰਹੇ ਨੇ। ਪਿੰਡ ਦੇ ਇਹਨਾਂ ਲੋਕਾਂ ਵੱਲੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਵੀਡੀਓ ਖੁਦ ਬਣਾਈ ਗਈ ਅਤੇ ਫੜੇ ਗਏ ਨੌਜਵਾਨ ਨੂੰ ਕਰੰਟ ਵੀ ਲਗਾਇਆ ਗਿਆ, ਲੇਕਿਨ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਹੁਣ ਗੱਲ ਇਹ ਉੱਠਦੀ ਹੈ ਕਿ ਜੇਕਰ ਇਸ ਵਿਅਕਤੀ ਵੱਲੋਂ ਚੋਰੀ ਕੀਤੀ ਵੀ ਗਈ ਸੀ ਤਾਂ ਇਹਨਾਂ ਵਿਅਕਤੀਆਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਿਉਂ ਨਹੀਂ ਕੀਤਾ? ਕਿਉਂ ਇਹਨਾਂ ਖੁਦ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਸ ਨੌਜਵਾਨ ਦੇ ਨਾਲ ਤਸ਼ੱਦਦ ਕੀਤਾ? ਤੁਹਾਨੂੰ ਦੱਸ ਦਈਏ ਕਿ ਬੰਨੇ ਗਏ ਵਿਅਕਤੀ ਦਾ ਨਾਮ ਬਹੋੜ ਸਿੰਘ ਹੈ ਅਤੇ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਬਹੋੜ ਸਿੰਘ ਵੱਲੋਂ ਪੁਲਿਸ ਵਿੱਚ ਕੰਪਲੇਂਟ ਨੂੰ ਲੈ ਕੇ ਵੀ ਦਰਖਾਸਤ ਦਿੱਤੀ ਗਈ ਹੈ, ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਪਾਈ। ਦੇਖੋ ਜੀ, ਉਸ ਨੂੰ ਨਹੀਂ ਕਹਿ ਸਕਦੇ, ਥਾਣਾ ਹੈਗਾ, ਥਾਣਾ ਹੈ ਜੋ ਜਿੱਥੇ ਮਰਜ਼ੀ ਆਪਣੇ ਲਿਜਾ ਸਕਦਾ, ਖੁੱਲਾ ਥਾਣਾ ਹੈ, ਬੈਠਾ ਵੀ ਹੋ ਸਕਦਾ, ਆਪ ਆਏ ਹੈ, ਆਪ ਹੀ ਛੱਡ ਕੇ ਗਏ ਸੀ ਤੇ ਆਪ ਹੀ ਲੈ ਗਏ। ਕੌਣ ਕੌਣ ਆਪ ਲੈ ਕੇ ਗਿਆ, ਕੌਣ ਛੱਡ ਕੇ ਗਿਆ, ਛੱਡ ਕੇ ਕੌਣ ਗਿਆ ਸੀ, ਲੈ ਕੇ ਕੌਣ ਗਿਆ? ਪਿੰਡ ਦੇ ਬਹੁਤ ਵਾਰ ਬੰਦੇ ਆਏ ਸੀ, ਭਾਈਚਾਰੇ ਜਾਂ ਦਲਿਤ ਦੇ ਵਿੱਚ ਨਾ ਕਰੋ। ਵੈਸੇ ਮੈਂ ਮੀਡੀਆ ਅੱਗੇ ਪਹਿਲਾਂ ਹੀ ਕਹਿ ਦਿੰਦਾ ਸੋਰੀ, ਇਸ ਨੂੰ ਭਾਈਚਾਰੇ ਮੁਤਾਬਕ ਜਾਂ ਆਪਣੇ ਧਾਰਮਿਕ ਭਾਵਨਾ ਨਾ ਭੜਕਾਓ ਵੀ ਦਲਿਤ ਭਾਈਚਾਰਾ, ਸ਼ਾਇਦ ਕੀ ਪਤਾ ਮੈਂ ਦਲਿਤ ਹੋਵਾਂ, ਠੀਕ ਹੈ? ਸਾਡੇ ਕੋਲ ਤਾਂ ਕੋਈ ਕੰਪਲੇਂਟ ਨਹੀਂ।